ਇਹਨਾਂ ਕੋਲ ਜਿੰਮਾਂ ਵਿੱਚ ਜਾਣ ਦਾ ਟਾਈਮ ਹੈ, ਇਹਨਾਂ ਦੇ ਕੋਲ ਵੀਡੀਓ ਟਿਕਟੌਕ ਤੇ ਬਣਾਉਣ ਦਾ ਟਾਈਮ ਹੈ, ਪਰ ਇਹਨਾਂ ਕੋਲ ਆਪਣਾ ਪ੍ਰਸ਼ਾਦਾ ਬਣਾਉਣ ਦਾ ਟਾਈਮ ਨਹੀਂ। ਇੱਕ ਪਰੌਂਠੇ ਬਦਲੇ ਸੋਸ਼ਲ ਮੀਡੀਆ ਤੇ ਆਪਣੇ ਗੁਰੂ ਘਰ ਦੀ ਨਿੰਦਾ ਕਰਨ ਵਾਲਿਆ, ਅਕਿਰਤਕਣ ਹੋ ਤੁਸੀਂ ਤੇ ਤੁਸੀਂ ਅਕਿਰਤਕਣਾਂ ਨੇ ਪੰਜਾਬ ਵੀ ਆਪਣੇ ਹੱਥੋਂ ਗਵਾ ਲੈਣਾ। ਅੱਜ ਹੜ੍ਹਾਂ ਦੀ ਮਾਰ ਪਈ ਆ, ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ, ਕੋਈ ਡੇਰਿਆਂ ਤੋਂ ਆ ਕੇ ਨਹੀਂ ਖੜਿਆ, ਕੋਈ ਰਾਧਾ ਸਵਾਮੀ, ਕੋਈ ਰਾਮ ਰਹੀਮ ਵਰਗਾ, ਕੋਈ ਬਿਆਸ ਵਾਲਾ, ਕੋਈ ਨਹੀਂ ਆਇਆ। ਪਰ ਕੌਣ ਆਇਆ? ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹ ਸੇਵਕ ਆਏ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਸੀ। ਬੀਬੀ ਬੇਅੰਤ ਕੌਰ ਖਾਲਸਾ ਨੂੰ ਕੌਣ ਨਹੀਂ ਜਾਣਦਾ। ਇੰਨੀ ਦਿਨੀ ਕੈਨੇਡਾ ਦੇ ਵਿੱਚ ਇੱਕ ਵਾਪਰੀ ਘਟਨਾ ਤੇ ਬੀਬੀ ਬੇਅੰਤ ਕੌਰ ਖਾਲਸਾ ਢਾਡੀ ਜੱਥਾ ਨੇ ਆਪਣੇ ਬਿਆਨ ਜਾਰੀ ਕੀਤੇ ਹਨ। ਉਹਨਾਂ ਨੇ ਆਪਣੇ ਢਾਡੀ ਜੱਥੇ ਦੇ ਵਿੱਚ ਇੱਕ ਵਾਰ ਵੀ ਗਾ ਕੇ ਸੁਣਾਈ ਅਤੇ ਉਹਨਾਂ ਇਹ ਵੀ ਕਿਹਾ ਕਿ ਇਹ ਬੀਬੀ ਟਿਕਟੌਕ ਬਣਾਉਣ ਦੀ ਬਹੁਤ ਸ਼ੌਕੀਨ ਹੈ, ਇਸ ਨੂੰ ਜਿਮ ਦਾ ਵੀ ਬਹੁਤ ਚਾਅ ਹੈ, ਪਰ ਕੀ ਇਸ ਨੂੰ ਇੱਕ ਰੋਟੀ ਬਣਾਉਣੀ ਨਹੀਂ ਆਉਂਦੀ? ਕੀ ਇਸ ਨੂੰ ਪਰੌਂਠੇ ਬਣਾਉਣੇ ਨਹੀਂ ਆਉਂਦੇ? ਜਿਹੜਾ ਇਹ ਹੁਣ ਗੁਰਦੁਆਰਾ ਸਾਹਿਬ ਨੂੰ ਭੰਡ ਰਹੀ ਹੈ, ਉਹਨੇ ਵਿੱਚ ਤਾਂ ਇਹ ਆਪ ਵੀ ਜਾ ਕੇ ਬਣਾ ਸਕਦੀ ਸੀ। ਦੋਸਤੋ, ਇੰਨਾ ਕਹਿੰਦੇ ਹੋਏ ਬੀਬੀ ਬੇਅੰਤ ਕੌਰ ਖਾਲਸਾ ਨੇ ਕੈਨੇਡਾ ਦੇ ਇੱਕ ਗੁਰਦੁਆਰੇ ਵਿੱਚ ਵਾਪਰੀ ਘਟਨਾ ਤੇ ਉਸ ਕੁੜੀ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਹੋਰ ਕੀ ਕੁਝ ਕਹਿਣਾ ਰਿਹਾ ਇਹਨਾਂ ਦਾ, ਆਓ ਸੁਣ ਲੈਂਦੇ ਹਾਂ। ਅੱਜ ਗੁਰੂ ਘਰਾਂ ਦਾ ਖਾ ਕੇ ਗੁਰੂ ਘਰ ਨੂੰ ਨਿੰਦਣ ਵਾਲੇ ਲੋਕ, ਉਹ ਪਰੌਂਠਾ ਕੁਈਨ, ਉਹ ਕੈਨੇਡਾ ਦੀ ਧਰਤੀ ਤੇ ਜਦੋਂ ਸਾਡੀ ਪੰਜਾਬ ਦੀ ਤੇ ਧਰਤੀ ਤੇ ਪੈਦਾ ਹੋਏ ਸਿੱਖਾਂ ਦੇ ਬੱਚੇ ਆਈਲੈਟਸ ਕਰਕੇ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਨੇ, ਮਾਪੇ ਗੁਰੂ ਘਰੇ ਅਰਦਾਸ ਕਰਦੇ ਨੇ, ਤਾਂ ਇਹ ਬੱਚੇ ਸਿਰ ਤੋਂ ਲੈ ਕੇ ਪੈਰਾਂ ਤੱਕ ਮਨ ਨੂੰ ਹੋਣ ਵਾਸਤੇ ਭੇਡ ਵਾਂਗ ਬਿਊਟੀ ਪਾਰਲਰਾਂ ਦੇ ਗੇੜੇ ਲਾਉਂਦੇ ਨੇ, ਤੇ ਫਿਰ ਬਾਹਰਲੀਆਂ ਕੰਟਰੀਆਂ ਵਿੱਚ ਗੁਰੂ ਘਰਾਂ 'ਚ ਜਾ ਕੇ ਪ੍ਰਸ਼ਾਦਾ ਭਾਲਦੇ ਨੇ। ਗੁਰੂ ਸਾਹਿਬ ਦੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ ਤੇ ਬੇਅਦਬੀਆਂ ਕਰਨ ਵਾਲਿਆਂ ਨੂੰ ਮੰਦ ਬੁੱਧੀ ਕਹਿ ਕੇ ਛੱਡਿਆ ਜਾ ਰਿਹਾ ਹੈ। ਇਹਨਾਂ ਮੰਦ ਬੁੱਧੀਆਂ ਨੂੰ ਗੁਰਦੁਆਰੇ ਸਾਹਿਬ ਦਿਖਦੇ ਨੇ, ਇਹਨਾਂ ਨੂੰ ਮੰਦਿਰ ਮਸਜਿਦ ਨਹੀਂ ਦਿਖਦੀ, ਇਹਨਾਂ ਨੂੰ ਈਸਾਈਆਂ ਦੀ ਚਰਚ ਨਹੀਂ ਵਿਖਾਈ ਦਿੰਦੀ, ਇਹਨਾਂ ਨੂੰ ਗੁਰੂ ਘਰ ਵਿਖਾਈ ਦਿੰਦੇ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਲਈ। ਹਰ ਇੱਕ ਗੁਰਸਿੱਖ ਦੇ ਫੋਨ ਦੇ ਵਿੱਚ ਇਹ ਵੀਡੀਓ ਚੱਲਣੀ ਚਾਹੀਦੀ ਹੈ, ਜਿਹੜਾ ਗੁਰਸਿੱਖ ਪੰਜਾਬ ਦਾ ਦਰਦ ਆਪਦੇ ਦਿਲ ਵਿੱਚ ਰੱਖਦਾ ਹੈ। ਅੱਜ ਸਾਡੇ ਪੁੱਤ ਪਰਦੇਸਾਂ ਵਿੱਚ ਨੇ ਤੇ ਇਸ ਧਰਤੀ ਦੇ ਜਿਹੜੇ ਨੇ ਉਹ ਨਸ਼ਿਆਂ ਦੀ ਭੇਟ ਚੜੀ ਜਾ ਰਹੇ ਨੇ। ਸਾਡੀਆਂ ਮਾਵਾਂ ਅੱਜ ਕੱਲੀਆਂ ਬੈਠੀਆਂ ਬਰੂਹਾਂ ਤੇ ਰੋਂਦੀਆਂ ਨੇ, ਤੇ ਆਓ ਗੁਰੂ ਨਿੰਦਕਾਂ ਦਾ ਕਰੀਏ ਬਾਈਕਾਟ, ਫਿਰ ਇਸੇ ਧਰਤੀ ਦੇ ਨਸ਼ਾ ਵੇਚਣ ਵਾਲੇ ਸ਼ਰੇਆਮ ਘੁੰਮਣ ਤੇ ਨਸ਼ਾ ਛਡਾਉਣ ਵਾਲਿਆਂ ਦੇ ਝੂਠੇ ਪਰਚੇ ਪਾ ਕੇ ਇਹ ਸਰਕਾਰਾਂ ਆਸਾਮ ਵਰਗੀਆਂ ਜੇਲ੍ਹਾਂ ਵਿੱਚ ਯੋਧਿਆਂ ਨੂੰ ਡੱਕ ਦਿੰਦੀਆਂ ਨੇ। ਉਹ ਸਾਡੀ ਧਰਤੀ ਤੇ ਹੀ ਯੋਧੇ ਬੰਦੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਅਦ ਵੀ ਰਿਹਾ ਨਹੀਂ ਕੀਤੇ ਜਾ ਰਹੇ। ਸਾਡੀ ਹੀ ਧਰਤੀ ਦੇ ਉੱਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਦੇਸ਼ ਨੂੰ ਛੱਡ ਕੇ ਜਾਣਾ ਪੈ ਰਿਹਾ। ਕਿਉਂ? ਕਿਉਂਕਿ ਜਿਹੜੇ ਨੌਜਵਾਨ ਹੱਕ ਦੀ ਗੱਲ ਕਰਦੇ ਨੇ, ਸੱਚ ਦੀ ਗੱਲ ਕਰਦੇ ਨੇ, ਉਹ ਜੇਲ੍ਹਾਂ ਵਿੱਚ ਨੇ। ਜਿਹੜੇ ਪੜ੍ਹ ਲਿਖ ਗਏ ਉਹ ਬਾਹਰਲੇ ਦੇਸ਼ਾਂ ਨੂੰ ਚਲੇ ਗਏ, ਤੇ ਜਿਹੜੇ ਕੁਝ ਇੱਥੇ ਬਚੇ ਉਹ ਨਸ਼ਿਆਂ ਦੀ ਭੇਟ ਚੜ ਗਏ। ਇੱਥੇ ਭਈਆਂ ਨੇ ਰਾਜ ਕਰ ਲੈਣਾ, ਤੁਹਾਡੇ ਕੋਲ ਪੰਜਾਬ ਵੀ ਨਹੀਂ ਰਹਿਣਾ। ਅੱਜ ਪੰਜਾਬ ਦੀ ਹੋਂਦ ਖਤਰੇ ਦੇ ਵਿੱਚ ਹੈ, ਅੱਜ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਭਈਆਂ ਦਾ ਰਾਜ ਹੈ, ਇਹਨਾਂ ਚੌਲ ਖਾਣੀਆਂ ਜਾਤਾਂ ਦਾ ਰਾਜ ਹੈ। ਅੱਜ ਹੜ੍ਹਾਂ ਦੀ ਮਾਰ ਪਈ ਹੈ, ਪਰ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ, ਕੋਈ ਡੇਰਿਆਂ ਤੋਂ ਆ ਕੇ ਨਹੀਂ ਖੜਿਆ, ਕੋਈ ਰਾਧਾ ਸਵਾਮੀ, ਕੋਈ ਰਾਮ ਰਹੀਮ ਵਰਗਾ, ਕੋਈ ਬਿਆਸ ਵਾਲਾ, ਕੋਈ ਨਹੀਂ ਆਇਆ। ਪਰ ਕੌਣ ਆਇਆ? ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹ ਸੇਵਕ ਆਏ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਸੀ। ਸੋ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤੇ ਹੋਵੋ ਇਕੱਠੇ, ਕਰੋ ਇਹਨਾਂ ਗਦਾਰਾਂ ਦਾ ਬਾਈਕਾਟ। ਜਿਹੜੇ ਕਲਾਕਾਰ ਸਿਰਾਂ ਤੇ ਦਸਤਾਰਾਂ ਬੰਨ ਕੇ ਪਖੰਡੀਆਂ ਦੇ ਚਰਨਾਂ ਵਿੱਚ ਜਾ ਕੇ ਸੀਸ ਝੁਕਾਉਂਦੇ ਨੇ, ਅੱਜ ਹੋਈਏ ਇਕੱਠੇ, ਕਰੀਏ ਹੱਕਾਂ ਦੀ ਗੱਲ।